ਮੈਂ ਤੁਹਾਡੇ ਨਿੱਜੀ ਮਾਮਲੇ 'ਚ ਦਖਲ ਨਹੀਂ ਦੇਣਾ ਚਾਹੁੰਦੀ, ਪਰ ਜਦੋਂ ਮੈਂ ਤੁਹਾਡੀ ਸਿਚੁਏਸ਼ਨ ਬਾਰੇ ਸੁਣਿਆ ਮੈਨੂੰ ਇੱਕੋ ਜਿਹੀ ਲੱਗੀ। ਦੋ ਕੁੜੀਆਂ ਇੱਕ ਇਨਸਾਨ ਨਾਲ ਪਿਆਰ ਕਰ ਰਹੀਆਂ ਅਤੇ ਉਹ ਇਨਸਾਨ ਪਹਿਲੇ ਤੋਂ ਇੱਕ ਨਾਲ ਵਿਆਹਿਆ ਹੋਇਆ। ਮੈਂ ਰਣਵੀਰ ਸਰ ਦੀ ਲਾਈਫ 'ਚ ਦੂਜੀ ਔਰਤ ਨਹੀਂ ਬਣਨਾ ਚਾਹੁੰਦੀ। ਜੋ ਤੂੰ ਕਹਿ ਰਹੀ ਹੈ ਸ਼ਾਇਦ ਸੱਚ ਹੋਵੇ, ਪਰ ਹਰ ਵਾਰ ਕੇਸ ਸੇਮ ਨਹੀਂ ਹੁੰਦਾ। ਤੂੰ ਨਾ ਸਿਚੁਏਸ਼ਨ ਨੂੰ ਸਮਝ ਨਹੀਂ ਰਹੀ। ਮੈਂ ਨਾ ਸਿੰਪਲ ਨੂੰ ਬਹੁਤ ਪਿਆਰ ਕਰਦਾ, ਆਈ ਰੀਅਲੀ ਲਵ ਮਾਈ ਵਾਈਫ, ਪਰ ਇਹਦਾ ਇਹ ਮਤਲਬ ਨਹੀਂ ਕਿ ਮੈਂ ਕਿਸੇ ਹੋਰ ਕੁੜੀ ਵੱਲ ਅਟਰੈਕਟ ਨਹੀਂ ਹੋ ਸਕਦਾ। ਮੈਂ ਸਮਝੀ ਨਹੀਂ ਸਰ, ਤੁਸੀਂ ਇੱਕੋ ਟਾਈਮ ਤੇ ਦੋ ਦੋ ਕੁੜੀਆਂ ਨਾਲ ਕਿੱਦਾਂ ਪਿਆਰ ਕਰ ਸਕਦੇ ਹੋ? ਇਹ ਤੇ ਪੋਸੀਬਲ ਹੀ ਨਹੀਂ ਹੈ। ਤੂੰ ਨਾ ਗੱਲ ਸਮਝ ਨਹੀਂ ਸਕਦੀ, ਇਹ ਜਿਹੜਾ ਸਾਡਾ ਦਿਲ ਹੈ ਨਾ, ਇਹ ਤੇ ਕਾਬੂ ਪਾਉਣਾ ਬਹੁਤ ਔਖਾ ਹੈ। ਕਦੀ ਕਦੀ ਬੰਦਾ ਕੁਝ ਇਹੋ ਜਿਹਾ ਕਰ ਜਾਂਦਾ ਜੋ ਉਹਦੇ ਵੱਸ 'ਚ ਨਹੀਂ ਹੁੰਦਾ, ਨਾਲੇ ਇਹ ਸਾਰੀਆਂ ਫੀਲਿੰਗਸ ਨਾ ਵਾਰਨਿੰਗ ਦੇ ਕੇ ਨਹੀਂ ਆਉਂਦੀਆਂ। ਮੈਂ ਤੈਨੂੰ ਇਹ ਸਭ ਇਸ ਕਰਕੇ ਕਹਿ ਰਿਹਾ ਵਾਂ ਕਿਉਂਕਿ ਮੈਂ ਰਣਵੀਰ ਦੀ ਅੱਖਾਂ 'ਚ ਤੇਰੇ ਵਾਸਤੇ ਪਿਆਰ ਦੇਖਿਆ, ਸਪਾਰਕ ਦੇਖਿਆ, ਉਹੀ ਜਨੂੰਨ। ਉਹ ਜਿਸ ਤਰ੍ਹਾਂ ਤੇਰੇ ਵੱਲ ਦੇਖਦਾ ਨਾ, ਉਹ ਤੇਰੇ ਵਾਸਤੇ ਬਹੁਤ ਮਹਿਸੂਸ ਕਰਦਾ। ਮੈਨੂੰ ਇੱਦਾਂ ਲੱਗਦਾ ਕਿ ਤੁਹਾਡੇ ਦੋਨਾਂ ਵੱਲ ਦੇਖ ਕੇ ਨਾ ਜਿਵੇਂ ਮੇਰੇ ਤੇ ਮਿੰਨੀ ਜੋੜੀ ਹੋਵੇ, ਜਿੱਦਾਂ ਮਿੰਨੀ ਮਹਿਸੂਸ ਕਰਦੀ ਹੈ ਮੈਨੂੰ, ਮੈਂ ਮਹਿਸੂਸ ਕਰਦਾ ਉਹਨੂੰ, ਸੇਮ ਲੱਗਦਾ ਇੱਦਾਂ। ਅਤੇ ਨਾਲੇ ਇਹਦੇ ਵਿੱਚ ਕੁਝ ਗਲਤ ਥੋੜ੍ਹਾ ਹੈ। ਸੱਚੀ? ਹਾਂ, ਮੈਂ ਉਹੀ ਕੈਮਿਸਟਰੀ ਤੁਹਾਡੇ ਦੋਨਾਂ ਵਿੱਚ ਦੇਖ ਸਕਦਾ ਵਾਂ, ਨਾਲੇ ਇਹ ਚੀਜ਼ ਨੂੰ ਨਾ ਕੋਈ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਤੂੰ ਹੁਣ ਸਮਝੀ ਕਿ ਮੈਂ ਤੈਨੂੰ ਕੀ ਕਹਿਣਾ ਚਾਹ ਰਿਹਾ? ਕੋਈ ਗੱਲ ਨਹੀਂ, ਬਹੁਤਾ ਦਿਮਾਗ 'ਤੇ ਜ਼ੋਰ ਨਾ ਪਾ, ਹੌਲੀ ਹੌਲੀ ਲੱਗ ਜੂਗਾ ਸਮਝ। ਠੀਕ ਹੈ, ਮੈਂ ਚੱਲਦਾ, ਨਾਲੇ ਹਾਂ ਲੈ। ਅਰਮਾਨ ਅੱਜ ਜਿਹੜੀ ਸਥਿਤੀ 'ਚ ਹੈ ਨਾ, ਉਹ ਸਿਰਫ ਅਰਮਾਨ ਲਈ ਨਹੀਂ, ਸਾਡੇ ਸਾਰਿਆਂ ਲਈ ਗਲਤ ਹੈ। ਅਰਮਾਨ ਉਹ ਸਭ ਕੁਝ ਦੁਹਰਾਉਣਾ ਚਾਹੁੰਦਾ ਜਿਹੜਾ ਉਹ ਪਹਿਲਾਂ ਕਰ ਚੁੱਕਿਆ। ਪਤਾ ਨਹੀਂ ਅਰਮਾਨ ਨੂੰ ਕਦੋਂ ਅਕਲ ਆਊਗੀ। ਮੈਂ ਤਾਂ ਸੋਚ ਸੋਚ ਕੇ ਹੀ ਪਾਗਲ ਹੋ ਜੂ। ਇਹੀ ਸਹੀ ਹੋਏਗਾ ਕਿ ਮੈਂ ਅਰਮਾਨ ਨਾਲ ਆਪ ਹੀ ਗੱਲ ਕਰਾਂ। ਮੰਮੀ ਜੀ ਦਾ ਫੋਨ, ਇਹਨਾਂ ਨੂੰ ਮੇਰੀ ਯਾਦ ਕਿੱਥੋਂ ਆ ਗਈ? ਹੈਲੋ, ਸਤਿ ਸ਼੍ਰੀ ਅਕਾਲ ਮੰਮੀ ਜੀ। ਤੂੰ ਇਹ ਕਰ ਕੀ ਰਿਹਾ? ਤੈਨੂੰ ਕੀ ਲੱਗਦਾ ਕਿ ਵਿਆਹ ਕੋਈ ਮਜ਼ਾਕ ਹੈ ਜਾਂ ਗੁੱਡੇ ਗੁੱਡੀ ਦਾ ਖੇਲ ਹੈ? ਤੂੰ ਪੈਸੇ ਲਈ ਇੰਨਾ ਡਿੱਗ ਜਾਏਗਾ, ਮੈਂ ਤਾਂ ਕਦੇ ਸੋਚ ਵੀ ਨਹੀਂ ਸਕਦੀ। ਅਰਮਾਨ, ਤੈਨੂੰ ਪੈਸਿਆਂ ਨੂੰ ਇੰਨੀ ਅਹਿਮੀਅਤ ਨਹੀਂ ਦੇਣੀ ਚਾਹੀਦੀ। ਅਰਮਾਨ, ਇਹ ਸਭ ਕੁਝ ਤੇਰੇ ਲਈ ਸਹੀ ਨਹੀਂ ਹੈ। ਤੂੰ ਇੱਕੋ ਕਰਜ਼ੇ ਇੱਕੋ ਟਾਈਮ ਤੇ ਦੋ ਦੋ ਜਨਾਨੀਆਂ ਨਾਲ ਕਿੱਦਾਂ ਰਹਿ ਸਕਦਾ? ਜਵਾਬ ਦੇ ਹੁਣ, ਤੇਰੀ ਬੋਲਤੀ ਕਿੱਦਾਂ ਬੰਦ ਹੋਗੀ? ਮੈਂ ਤੇਰੇ ਨਾਲ ਗੱਲ ਕਰ ਰਹੀ ਹਾਂ ਅਰਮਾਨ। ਮੰਮੀ ਜੀ, ਇਹ ਨਾ ਮੇਰਾ ਫੈਸਲਾ ਨਹੀਂ ਸੀ, ਮੈਂ ਤਾਂ ਆਪ ਇਹੋ ਜਿਹਾ ਕੁਛ ਨਹੀਂ ਸੀ ਚਾਹੁੰਦਾ। ਪਰ ਮੈਂ ਕੀ ਕਰਦਾ, ਦੋਨੋਂ ਕੁੜੀਆਂ ਨੇ ਆਪਸ 'ਚ ਇੱਕੋ ਡੀਲ ਕਰ ਲਈ। ਜੋ ਵੀ ਹੈ ਅਰਮਾਨ, ਪਰ ਬਹੁਤ ਗਲਤ ਹੈ। ਮੈਨੂੰ ਪਤਾ ਹੈ ਮੰਮੀ ਜੀ। ਜੇ ਤੈਨੂੰ ਪਤਾ ਹੈ ਨਾ ਅਰਮਾਨ, ਤਾਂ ਮੈਨੂੰ ਪੂਰਾ ਯਕੀਨ ਹੈ ਕਿ ਤੂੰ ਆਪਣੀ ਇਹ ਗਲਤੀ ਜ਼ਰੂਰ ਸੁਧਾਰੇਗਾ। ਮੰਮੀ ਜੀ, ਮੈਨੂੰ ਨਾ ਕੁਝ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ, ਉਹ ਮੈਂ ਤਾਂ ਆਪ ਬੁਰੀ ਤਰੀਕੇ ਨਾਲ ਫਸਿਆ ਹੋਇਆ ਹਾਂ। ਸ਼ਾਇਦ ਇਹ ਤੈਨੂੰ ਤੇਰੇ ਕਰਮਾਂ ਦੀ ਸਜ਼ਾ ਮਿਲ ਰਹੀ ਹੈ ਅਰਮਾਨ। ਇਹ ਪਰਮਾਤਮਾ ਦਾ ਵਾਰ ਹੈ, ਇਹ ਤੋਂ ਕਦੇ ਕੋਈ ਨਹੀਂ ਬਚ ਸਕਿਆ। ਜਿਹੜੀਆਂ ਤੂੰ ਗਲਤੀਆਂ ਕੀਤੀਆਂ ਨੇ ਨਾ ਅਰਮਾਨ, ਇੱਕ ਨਾ ਇੱਕ ਦਿਨ ਤੂੰ ਪਛਤਾਉਣਾ ਹੀ ਸੀ। ਤੇ ਉਮੀਦ ਹੈ ਕਿ ਤੂੰ ਜਲਦੀ ਆਪਣਾ ਸਬਕ ਸਿੱਖ ਲੇ। ਆ ਦੇਸ਼ੋ ਦੇ ਨਾ ਢਿੱਡ 'ਚ ਗੱਲ ਨਹੀਂ ਪਚਦੀ, 24 ਘੰਟੇ ਕੁੜਕੁੜ ਕੁੜਕੁੜ ਕਰਦੀ ਰਹਿੰਦੀ, ਪਤਾ ਨਹੀਂ ਪੱਲੇ ਪਈ ਮੇਰੇ ਤੇ।
ਇਹ ਸਾਡੇ ਨਵੇਂ ਮੈਨਿਊਸ ਦੀ ਲਿਸਟ ਹੈ। ਇਹਦੇ ਦੇਸ਼ੋ ਜੀ ਨੇ ਕੁਝ ਡਿਸ਼ਿਜ਼ ਐਡ ਕੀਤੀਆਂ ਨੇ। ਤੈਨੂੰ ਸਾਰੀ ਇੰਸਟਰਕਸ਼ਨ ਸਮਝ ਆਈ ਦੇਵਿਕਾ? ਦੇਵਿਕਾ? ਹਾਂਜੀ ਸਰ। ਮੈਂ ਤੈਨੂੰ ਇੰਸਟਰਕਸ਼ਨਸ ਦੇ ਰਿਹਾ ਸੀ, ਤੈਨੂੰ ਸਭ ਕੁਝ ਸਮਝ ਆ ਗਿਆ? ਮੈਂ ਤਾਂ ਕੁਝ ਸੁਣਿਆ ਹੀ ਨਹੀਂ। ਠੀਕ ਹੈ, ਮੈਂ ਵਾਪਿਸ ਦੱਸ ਦਿੰਦਾ। ਇਹ ਸਾਡੇ ਮੈਨਿਊਜ਼ ਦੀ ਲਿਸਟ ਹੈ ਅਤੇ ਇਸ 'ਤੇ ਅੱਗੇ ਨਾ ਮੀਟਿੰਗਸ ਦੀ ਲਿਸਟ ਹੈ। ਮੈਂ ਸਭ ਕੁਝ ਮਾਰਕ ਵੀ ਕਰਤਾ ਕਿ ਉਹਨਾਂ ਮੀਟਿੰਗਸ ਦੇ ਮੁੱਦੇ ਕੀ ਨੇ। ਤੂੰ ਉਹਨਾਂ ਮੁੱਦਿਆਂ 'ਤੇ ਰਿਸਰਚ ਕਰ ਲਈ ਅਤੇ ਮੈਨੂੰ ਇੱਕ ਪ੍ਰੈਜੈਂਟੇਸ਼ਨ ਵੀ ਇਹਦੇ 'ਤੇ ਰੈਡੀ ਚਾਹੀਦੀ। ਦੇਵਿਕਾ, ਤੂੰ ਠੀਕ ਹੈ ਨਾ? ਹਾਂਜੀ ਸਰ, ਮੈਂ ਬਿਲਕੁਲ ਠੀਕ ਹਾਂ, ਮੈਨੂੰ ਸਭ ਸਮਝ ਆ ਗਿਆ। ਗੁੱਡ, ਹੁਣ ਤੂੰ ਆਪਣਾ ਕੰਮ ਸ਼ੁਰੂ ਕਰ ਸਕਦੀ। ਮੈਮ, ਹਾਂ ਦੇਵਿਕਾ, ਕੁਛ ਨਹੀਂ। ਦੇਵਿਕਾ ਨੂੰ ਕੀ ਹੋਇਆ? ਬੜਾ ਅਜੀਬ ਬਿਹੇਵ ਕਰ ਰਹੀ ਹੈ। ਪਤਾ ਨਹੀਂ ਕੀ ਹੋਇਆ ਇਹਨੂੰ, ਅਜੀਬ ਬਿਹੇਵ ਕਰ ਰਹੀ। ਅੱਛਾ, ਇਹ ਥਾਈ ਫੂਡ ਦੀ ਮੈਨਿਊ ਤੇ ਕੁਕਿੰਗ ਇੰਸਟਰਕਸ਼ਨਸ ਵੀ ਨੇ, ਇੱਕ ਵਾਰ ਤੁਸੀਂ ਨਾ ਨਜ਼ਰ ਮਾਰ ਲਓ। ਠੀਕ ਹੈ। ਸੰਦਲੀ ਸੰਦਲੀ ਨੈੜਾ ਵਿੱਚ ਸਟ੍ਰੇਂਜ, ਅੱਜ ਇਹਨਾਂ ਦਾ ਕਾਲ ਕਿੱਦਾਂ ਆ ਗਿਆ? ਆਈ ਹੋਪ ਸਭ ਠੀਕ ਹੋਏ। ਹਾਈ, ਕੀ ਹਾਲ ਚਾਲ? ਮਿਨੀ, ਤੂੰ ਸੱਚੀ ਅਰਮਾਨ ਨੂੰ ਖਰੀਦਿਆ? ਇਹਨਾਂ ਨੂੰ ਕਿੱਦਾਂ ਪਤਾ ਲੱਗ ਗਿਆ? ਸ਼ਾਇਦ ਕਿਤੇ ਸੁਣ ਲਿਆ ਹੋਣਾ। ਵੈਸੇ ਵੀ ਸਿੰਪਲ ਨੂੰ ਇੰਨਾ ਪ੍ਰਾਊਡ ਹੈ ਇਸ ਗੱਲ ਦਾ। ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ, ਬਿਲਕੁਲ ਸੱਚ ਹੈ ਗੱਲ। ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ ਹੈ ਕਿ ਇਹ ਸਿੰਪਲ ਤੈਨੂੰ ਸੱਚੀ ਅਰਮਾਨ ਦੇ ਨਾਲ ਰਹਿਣ ਦੇ ਰਹੀ ਹੈ। ਤੂੰ ਆਪਣਾ ਧਿਆਨ ਰੱਖ, ਦੇਖੀ ਕਿਤੇ ਆ ਸਿੰਪਲ ਤੈਨੂੰ ਧੋਖਾ ਨਾ ਦੇ ਦੇਵੇ। ਆਫਟਰ ਆਲ ਤੂੰ ਏਡੀ ਵੱਡੀ ਅਮਾਊਂਟ ਜੋ ਪੇ ਕੀਤੀ ਹੈ। ਪਰ ਮੀਨਿੰਗ, ਅਰਮਾਨ ਨੇ ਇੰਨੀ ਵੱਡੀ ਰਕਮ, ਤੁਸੀਂ ਨਹੀਂ ਸਮਝੋਗੇ। ਮੇਰੇ ਲਈ ਇਹਨਾਂ ਪੈਸਿਆਂ ਦੀ ਕੋਈ ਵੈਲਿਊ ਨਹੀਂ ਹੈ। ਮੈਂ ਜੋ ਕੁਛ ਵੀ ਕੀਤਾ ਪਿਆਰ ਲੈ ਕੀਤਾ, ਤੇ ਹੁਣ ਤਾਂ ਮੈਂ ਅਰਮਾਨ ਦੀ ਲਾਈਫ 'ਚ ਵੀ ਹਾਂ, ਤੇ ਅੱਗੇ ਵੀ ਉਹਨਾਂ ਦੀ ਲਾਈਫ 'ਚ ਰਹਿਣ ਲਈ ਮੈਂ ਕੁਛ ਵੀ ਕਰ ਸਕਦੀ ਹਾਂ। ਹਾਂ ਠੀਕ ਹੈ, ਪਰ ਤੂੰ ਸਮਝ ਨਹੀਂ ਰਹੀ, ਇਹ ਮੀਆਂ ਬੀਵੀ ਦਾ ਕੋਈ ਮਾਨ ਧਰਮ ਨਹੀਂ ਆ। ਏਦਾਂ ਨਾ ਹੋਵੇ ਕਿ ਇਹ ਤੇਰੇ ਕੋਲ ਪੈਸੇ ਵੀ ਲੈ ਲੈਣ ਤੇ ਪੈਸੇ ਖਰਚ ਕੇ ਸਾਰੇ ਤੈਨੂੰ ਅਰਮਾਨ ਦੀ ਲਾਈਫ 'ਚ ਬਾਹਰ ਵੀ ਕਰ ਦੇਵੇ, ਫਿਰ ਤੇਰੇ ਕੋਲ ਕੀ ਬਚੇਗਾ? ਬਾਕੀ ਤੂੰ ਖੁਦ ਸਮਝਦਾਰ ਹੈ। ਸਰ, ਤੁਸੀਂ ਸਹੀ ਸੀ। ਹੁਣ ਸੱਚੀ ਮੈਨੂੰ ਏਦਾਂ ਲੱਗਦਾ ਕਿ ਰਣਵੀਰ ਸਰ ਮੈਨੂੰ ਪਸੰਦ ਕਰਦੇ ਆ। ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ। ਪਰ ਮੈਂ ਆਪ ਦੇਖਣਾ ਚਾਹੁੰਦੀ ਸੀ ਨਾ। ਹੁਣ ਦੇਖ ਲਿਆ? ਹਾਂ, ਹੁਣ ਸੱਚੀ ਮੈਨੂੰ ਏਦਾਂ ਲੱਗਦਾ ਕਿ ਰਣਵੀਰ ਸਰ ਮੈਨੂੰ ਪਸੰਦ ਕਰਦੇ ਆ। ਮੈਨੂੰ ਖੁਸ਼ੀ ਹੈ ਕਿ ਤੈਨੂੰ ਇਸ ਗੱਲ ਦਾ ਅਹਿਸਾਸ ਹੋਇਆ, ਪਰ ਮੈਂ ਉਹ ਤਾਂ ਕੁਝ ਕਹਿਣਾ ਨਹੀਂ ਚਾਹੁੰਦਾ ਜੋ ਤੱਕ ਮੈਂ ਆਪ ਸ਼ੋਰ ਨਹੀਂ ਸੀ ਹੋ ਜਾਂਦਾ। ਪਰ ਹੁਣ ਕੀ ਮੈਂ ਕਰੂੰਗੀ? ਮੇਰੇ ਨਾਲ ਪਹਿਲੇ ਕੁਝ ਏਦਾਂ ਦਾ ਹੋਇਆ ਹੀ ਨਹੀਂ, ਪਰ ਮੈਂ ਕੁਝ ਖਰਾਬ ਕਰਨਾ ਵੀ ਨਹੀਂ ਚਾਹੁੰਦੀ। ਹਾਂ, ਆਈ ਅੰਡਰਸਟੈਂਡ। ਸਰ, ਤੁਸੀਂ ਕੀ ਸੋਚ ਰਹੇ ਹੋ? ਮੈਂ ਸੋਚ ਰਿਹਾ ਕੁਝ, ਤੂੰ ਫਿਕਰ ਨਾ ਕਰ, ਮੈਂ ਤੇਰੀ ਹੈਲਪ ਕਰੂੰਗਾ। ਥੈਂਕ ਯੂ ਸਰ। ਯੂ ਵੈਲਕਮ। ਆਗੇ ਤੁਸੀਂ
ਫਾਈਲਸ ਮਿਲ ਗਈਆਂ ਤੁਹਾਨੂੰ? ਤੁਸੀਂ ਕੋਈ ਕੰਮ ਸੀ? ਮੈਂ ਸਮਝਦਾ ਕਿ ਤੂੰ ਮੇਰੇ ਨਾਲ ਨਾ ਬਹੁਤ ਨਫ਼ਰਤ ਕਰਦੀ ਹੈ। ਤੁਸੀਂ ਨਾ ਬਹੁਤ ਗਲਤ ਸਮਝਦੇ ਹੋ, ਕਿਉਂਕਿ ਤੁਹਾਡੇ ਹੋਣ ਜਾਂ ਨਾ ਹੋਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ, ਤੇ ਇਸ ਕਰਕੇ ਮੈਂ ਤੁਹਾਨੂੰ ਨਫ਼ਰਤ ਕਰਾਂ? ਇੰਨਾ ਮੇਰੇ ਕੋਲ ਸਮਾਂ ਹੈ ਨਹੀਂ। ਤੁਸੀਂ ਹੁਣ ਆਪਣੀ ਜ਼ਿੰਦਗੀ 'ਚ ਜੋ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ। ਮੈਂ ਹੁਣ ਇਹ ਨਹੀਂ ਸੋਚੂੰਗੀ ਕਿ ਤੁਸੀਂ ਦੋ ਦੋ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰ ਰਹੇ ਹੋ। ਵੈਸੇ ਵੀ ਇਸ ਵਕਤ ਜੋ ਤੁਸੀਂ ਸਾਰਿਆਂ ਨੇ ਫੈਸਲਾ ਲਿਆ ਨਾ, ਉਹਦੇ 'ਤੇ ਹੋਰ ਥੋੜ੍ਹੇ ਚਿਰ ਨੂੰ ਤੁਸੀਂ ਸਾਰੇ ਪਛਤਾਉਣ ਵਾਲੇ। ਮੈਨੂੰ ਲੱਗਦਾ ਤੁਸੀਂ ਨਾ ਸਮਝਣਾ ਹੀ ਨਹੀਂ ਚਾਹੁੰਦੇ। ਸਹੀ ਰਾਹ 'ਤੇ ਆਉਣ ਲਈ ਨਾ ਤੁਹਾਨੂੰ ਤੁਹਾਡੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ। ਵੈਸੇ ਵੀ ਹੁਣ ਮੈਂ ਤੁਹਾਡੇ ਸਾਰਿਆਂ ਦੀਆਂ ਟੈਨਸ਼ਨਾਂ ਲੈ ਕੇ ਹੋਰ ਬੋਝ ਨਹੀਂ ਪਾ ਸਕਦੀ ਆਪਣੇ ਦਿਲ 'ਤੇ। ਪਰ ਤੂੰ ਥੱਕਦੀ ਨਹੀਂ? 24 ਘੰਟੇ ਆਪਣਾ ਲੈਕਚਰ ਝਾੜਦੀ ਰਹਿੰਦੀ ਹੈ। ਤੈਨੂੰ ਆਪਣੀ ਅੱਤ ਬਦਲਣ ਦੀ ਲੋੜ ਆ। ਮੈਂ ਤੈਨੂੰ ਇੱਥੇ ਇਹ ਸਮਝਾਉਣ ਆਇਆ ਸੀਗਾ ਕਿ ਇਹ ਫੈਸਲਾ ਮੇਰਾ ਨਹੀਂ ਹੈ। ਮੈਂ ਨਾ ਕੋਈ ਬਹੁਤਾ ਖੁਸ਼ ਨਹੀਂ ਹੈਗਾ ਦੋ ਦੋ ਕੁੜੀਆਂ ਨਾਲ ਇੱਕ ਛੱਤ ਥੱਲੇ ਰਹਿ ਕੇ, ਪਰ ਤੂੰ ਮੇਰੀ ਗੱਲ ਸਮਝਣਾ ਚਾਹੁੰਦੀ ਨਹੀਂ। ਮੈਂ ਸਿਰਫ ਤੈਨੂੰ ਇਹ ਦੱਸਣਾ ਚਾਹੁੰਦਾ ਵਾਂ ਸਿਰਫ ਤੇਰੇ ਕਰਕੇ ਮੈਂ ਇਸ ਸਿਚੁਏਸ਼ਨ ਵਿੱਚ ਆਇਆ ਵਾਂ। ਤੂੰ ਤੱਕਿਆ ਵਾਂ, ਤੂੰ ਜ਼ਿੰਮੇਵਾਰ ਆ ਮੇਰੇ ਵਾਸਤੇ। ਇਹ ਸਭ ਚੀਜ਼ਾਂ ਤੂੰ ਕੀਤੀਆਂ ਨੇ ਮੇਰੇ ਲਈ। ਮੈਂ? ਹਾਂ ਤੂੰ, ਮੇਰਾ ਤੇ ਮਿੰਨੀ ਦਾ ਅਫੇਅਰ ਰਿਵੀਲ ਕਰਨ ਵਾਲੀ ਤੂੰ, ਸਿੰਪਲ ਦੇ ਦਿਮਾਗ 'ਚ ਸ਼ੱਕ ਭਰਨ ਵਾਲੀ ਵੀ ਤੂੰ। ਇਹੀ ਨਹੀਂ, ਇਸ ਕਰਕੇ ਉਹ ਮੇਰੇ ਤੋਂ ਦੂਰ ਹੋ ਗਈ। ਤੂੰ ਤੂੰ ਮਿੰਨੀ ਨੂੰ ਮਜਬੂਰ ਕੀਤਾ, ਇੱਥੋਂ ਤੱਕ ਮਜਬੂਰ ਕਰਤਾ ਕਿ ਅਗਲੀ ਆਪਣਾ ਘਰ ਬਾਰ ਸਭ ਕੁਛ ਛੱਡ ਛੁੱਡ ਕੇ ਇੱਧਰ ਆ ਗਈ। ਇਹੀ ਨਹੀਂ, ਆਪਣੇ ਸਾਰੇ ਫੈਮਿਲੀ ਸ਼ੇਅਰ ਲੈ ਕੇ ਵੀ ਉਹ ਸਿੰਪਲ ਨਾਲ ਡੀਲ ਕਰਨ ਵਾਸਤੇ ਆ ਗਈ, ਉਹ ਸਿਰਫ ਤੇਰੇ ਕਰਕੇ। ਨਾ ਤੂੰ ਇਹ ਸਭ ਕਰਦੀ ਤੇ ਨਾ ਕੁਛ ਇੱਦਾਂ ਦਾ ਹੁੰਦਾ। ਜਿੰਨਾ ਜ਼ਿੰਮੇਵਾਰ ਮੈਂ ਆ ਨਾ, ਉਨੀ ਜ਼ਿੰਮੇਵਾਰ ਤੂੰ ਵੀ ਇਸ ਸਿਚੁਏਸ਼ਨ ਵਾਸਤੇ। ਸੀਰੀਅਸਲੀ ਅਰਮਾਨ, ਤੁਸੀਂ ਹੋਸ਼ 'ਚ ਵੀ ਹੋ? ਤੁਸੀਂ ਐਡਾ ਵੱਡਾ ਇਲਜ਼ਾਮ ਮੇਰੇ ਤੇ ਕਿੱਦਾਂ ਲਗਾ ਸਕਦੇ ਹੋ? ਤੁਹਾਨੂੰ ਨਾ ਕੋਈ ਵਹਿਮ ਹੋ ਗਿਆ। ਸ਼ਾਇਦ ਤੁਸੀਂ ਨਾ ਇਹ ਚੀਜ਼ ਮੰਨਣਾ ਨਹੀਂ ਚਾਹੁੰਦੇ ਕਿ ਸਾਰੀ ਗਲਤੀ ਤੁਹਾਡੀ ਹੈ। ਤੁਹਾਡਾ ਆਪਣੀ ਘਰ ਵਾਲੀ ਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਰਿਸ਼ਤਾ ਸੀ। ਉਹ ਕੁਛ ਗਲਤ ਨਹੀਂ ਹੈਗਾ ਇਹ 'ਚ। ਜੇ ਤੁਸੀਂ ਇਹੀ ਟੌਪਿਕ ਤੇ ਗੱਲਾਂ ਕਰਨੀਆਂ ਨੇ ਨਾ, ਤੇ ਤੁਸੀਂ ਮੇਰੇ ਕੈਬਿਨ 'ਚੋਂ ਬਾਹਰ ਜਾ ਸਕਦੇ ਹੋ। ਮੇਰੇ ਕੋਲ ਹੋਰ ਵੀ ਬਹੁਤ ਕੰਮ ਹੈ। ਨਾਲੇ ਨਾ ਮੈਨੂੰ ਵੀ ਕੋਈ ਸ਼ੌਂਕ ਨਹੀਂ ਹੈ ਇੱਥੇ ਬਹਿ ਕੇ ਤੇਰੇ ਨਾਲ ਗੱਪਾਂ ਮਾਰਨ ਦਾ। ਕਰੀ ਚੱਲ ਆਪਣਾ ਕੰਮ। ਕੀ ਹੋ ਸਕਦਾ ਉਹ ਕੈਡ 'ਚ? ਇਹਨੂੰ ਜ਼ਰੂਰ ਪਤਾ ਹੋਏਗਾ, ਇਹਨੂੰ ਪੁੱਛਣਾ। ਹਾਂਜੀ ਸਰ, ਤੁਹਾਨੂੰ ਕੁਝ ਚਾਹੀਦਾ? ਅੱਜ ਕੁਝ ਸਪੈਸ਼ਲ? ਸਰ ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ? ਸ਼ਾਇਦ ਕੁਝ ਸਪੈਸ਼ਲ ਆ, ਜਿੱਦਾਂ ਕਿਸ ਦਾ ਬਰਥਡੇ ਜਾਂ ਐਨੀਵਰਸਰੀ। ਮੈਂ ਕੁਝ ਬੋਲ ਰਿਹਾ? ਸਰ ਤੁਸੀਂ ਬੋਲ ਰਹੇ ਹੋ ਕਿ ਮੈਂ ਇਸ ਆਫਿਸ 'ਚ ਨਵੀਂ ਹਾਂ, ਮੈਨੂੰ ਕਿੱਦਾਂ ਪਤਾ ਹੋਏਗਾ? ਕਾਸ਼ ਮੈਂ ਉਹ ਤਾਂ ਕਰ ਸਕਦਾ ਹੁੰਦਾ ਕਿ ਕੀ ਆਇਆ। ਆਪਣੇ ਆਫਿਸ 'ਚ ਕੋਈ ਫਸਟ ਏਡ ਬਾਕਸ ਪਿਆ? ਮੈਂ ਸਿਰ ਬਹੁਤ ਦੁਖਦਾ ਪਿਆ। ਸਰ ਤੁਸੀਂ ਬੈਠੋ, ਮੈਂ ਹੁਣੇ ਪੀਏ ਨੂੰ ਪੁੱਛਦੀ ਹਾਂ। ਵਾਓ, ਫੋਨ ਤੇ ਆਪਣਾ ਖੁੱਲ੍ਹੇ ਛੱਡ ਗਈ ਹੈ। ਖੋਲ ਕੇ ਦੇਦੇ 'ਚ ਕੀ ਹੈ? ਦੇਵਿਕਾ, ਅੱਜ ਅਸੀਂ ਸਾਰੇ ਨਾ ਘਰ ਜਲਦੀ ਜਾਵਾਂਗੇ,
ਉਸ ਤੋਂ ਪਹਿਲਾਂ ਪਲੀਜ਼ ਤੂੰ ਆਫਿਸ ਸਟਾਫ ਲਈ ਨਾ ਮਿਠਾਈ ਆਰਡਰ ਕਰ ਦੇ ਸਾਡੀ ਸਵੀਟ ਸ਼ਾਪ ਤੋਂ, ਅਤੇ ਕੱਲ੍ਹ ਲਈ ਕੇਕ ਵੀ। ਅਸੀਂ ਰਣਵੀਰ ਸਰ ਦੇ ਬਰਥਡੇ ਲਈ ਨਾ ਬਹੁਤ ਸਾਰੀਆਂ ਤਿਆਰੀਆਂ ਕਰਨੀਆਂ। ਮੰਮੀ ਜੀ ਨੂੰ ਫੋਨ ਕਰਦੀ ਹਾਂ। ਮੰਮੀ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤਰ, ਹੋਰ ਕੀ ਹਾਲ ਹੈ? ਮੈਂ ਠੀਕ ਹਾਂ, ਤੁਸੀਂ ਸੁਣਾਓ? ਤੁਸੀਂ ਤੇ ਪਾਪਾ ਜੀ ਠੀਕ ਹੋ? ਮੈਂ ਵੀ ਠੀਕ ਹਾਂ ਤੇ ਤੇਰੇ ਪਾਪਾ ਜੀ ਵੀ ਠੀਕ ਹੈ। ਤੂੰ ਸੁਣਾ, ਤੂੰ ਕੀ ਕਰ ਰਹੀ ਹੈ? ਮੰਮੀ ਜੀ ਕੱਲ ਨਾ ਰਣਵੀਰ ਜੀ ਦਾ ਜਨਮ ਦਿਨ ਹੈ। ਮੈਨੂੰ ਯਾਦ ਹੈ ਪੁੱਤਰ, ਤੇ ਮੈਂ ਨਾ ਇਸ ਦਿਨ ਨੂੰ ਖਾਸ ਬਣਾਉਣਾ ਚਾਹੁੰਦੀ ਹਾਂ। ਵਾਹ, ਕੀ ਸੋਚਿਆ ਫਿਰ? ਸੋਚਿਆ ਤੇ ਹੈ, ਬਸ ਸਭ ਕੁਛ ਠੀਕ ਰਵੇ। ਜੇ ਸਭ ਕੁਛ ਠੀਕ ਰਿਹਾ ਨਾ ਤੇ ਇਹ ਜਨਮ ਦਿਨ ਰਣਵੀਰ ਜੀ ਦੀ ਜ਼ਿੰਦਗੀ ਦਾ ਸਭ ਤੋਂ ਯਾਦਗਾਰ ਜਨਮ ਦਿਨ ਰਵੇਗਾ। ਬਸ ਉਮੀਦ ਹੈ ਹੁਣ ਉਹੀ ਹੋਵੇ ਜੋ ਮੈਂ ਸੋਚਿਆ ਹੈ। ਇਹ ਤਾਂ ਤੇਰੇ ਲਈ ਬਹੁਤ ਵਧੀਆ ਹੈ ਦੇਸ਼ੋ, ਕਿ ਤੂੰ ਆਪਣੇ ਘਰਵਾਲੀ ਦੀ ਖੁਸ਼ੀ ਲਈ ਛੋਟੀਆਂ ਛੋਟੀਆਂ ਚੀਜ਼ਾਂ ਕਰ ਰਹੀ ਹੈ। ਇਹਦੇ ਨਾਲ ਤੇਰੇ ਤੇ ਰਣਵੀਰ ਵਿੱਚ ਸਭ ਕੁਝ ਬਿਹਤਰ ਹੋ ਜਾਏਗਾ, ਤੇ ਖਾਸ ਕਰ ਉਦੋਂ ਜਦੋਂ ਦਫ਼ਤਰ ਦੇ ਤਣਾਅ ਨਾਲ ਇੰਨਾ ਪਰੇਸ਼ਾਨ ਰਹਿੰਦਾ ਹੋ। ਜੀ ਮੰਮੀ ਜੀ, ਅੱਜ ਕੱਲ ਵੈਸੇ ਵੀ ਉਹ ਬਹੁਤ ਪਰੇਸ਼ਾਨ ਰਹਿੰਦੇ ਨੇ। ਤੂੰ ਫਿਕਰ ਨਾ ਕਰ ਪੁੱਤਰ, ਸਭ ਕੁਝ ਠੀਕ ਹੋ ਜਾਏਗਾ। ਤੇ ਮੈਨੂੰ ਖੁਸ਼ੀ ਹੈ ਕਿ ਤੂੰ ਰਣਵੀਰ ਦੇ ਜਨਮ ਦਿਨ ਲਈ ਇੰਨੀ ਉਤਸ਼ਾਹਿਤ ਹੈ। ਮੰਮੀ ਜੀ ਮੈਂ ਤੇ ਬਸ ਰਣਵੀਰ ਜੀ ਨੂੰ ਇਹ ਦਿਖਾਉਣਾ ਚਾਹੁੰਦੀ ਹਾਂ ਕਿ ਮੈਂ ਉਹਨਾਂ ਨੂੰ ਦਿਲੋਂ ਪਿਆਰ ਕਰਦੀ ਹਾਂ, ਤੇ ਮੈਨੂੰ ਉਹਨਾਂ ਦੀ ਦਿਲੋਂ ਹੀ ਪਰਵਾਹ ਹੈ। ਇਸ ਲਈ ਮੈਂ ਉਹਨਾਂ ਦਾ ਇਹ ਖਾਸ ਦਿਨ ਹੋਰ ਵੀ ਖਾਸ ਬਣਾਉਣਾ ਚਾਹੁੰਦੀ ਹਾਂ। ਸਰ ਦਵਾਈ। ਥੈਂਕ ਯੂ ਸੋ ਮਚ ਦੇਵਿਕਾ। ਸਰ ਕਿਸੇ ਦਾ ਫੋਨ ਆਇਆ ਸੀ? ਨਹੀਂ, ਕਾਲ ਤਾਂ ਕਿਸੇ ਦੇ ਨਹੀਂ ਆਇਆ। ਮੈਂ ਤਾਂ ਬਸ ਤੇਰਾ ਵਾਲਪੇਪਰ ਦੇਖ ਰਿਹਾ ਸੀਗਾ। ਬਹੁਤ ਪਿਆਰੀ ਪਿਕ ਹੈ। ਹਾਂ ਸਰ, ਇਹ ਮੇਰੇ ਭਰਾ ਦੇ ਵਿਆਹ ਦੀ ਫੋਟੋ ਹੈ। ਇੰਨਾ ਔਖਾ ਸੀ ਨਾ ਮੇਰੇ ਲਈ, ਇੰਨੇ ਭਾਰੇ ਭਾਰੇ ਗਹਿਣੇ ਪਾਉਣਾ, ਕੱਪੜੇ ਪਾਉਣਾ, ਪਰ ਫਿਰ ਵੀ ਮੈਂ ਕੈਰੀ ਕਰ ਹੀ ਲਿਆ। ਫੋਟੋ ਸੋਹਣੀ ਆਈ ਨਾ? ਹਾਂ ਦੇਵਿਕਾ, ਬਹੁਤ ਸੋਹਣੀ ਲੱਗ ਰਹੀ ਹੈ। ਮੈਂ ਤੁਹਾਨੂੰ ਉਸ ਦਿਨ ਦੀ ਹੋਰ ਫੋਟੋਜ਼ ਵਿਖਾਉਣੀ ਹੈ। ਹੱਲੇ ਰੁਕ ਜਾ, ਜਦੋਂ ਫ੍ਰੀ ਟਾਈਮ ਹੋਊਗਾ ਨਾ ਆਪਾਂ ਉਦੋਂ ਦੇਖਾਂਗੇ। ਵੈਸੇ ਵੀ ਤੈਨੂੰ ਵੀ ਕਾਫੀ ਕੰਮ ਹੋਣਾ ਆਫਿਸ 'ਚ। ਹਾਂ ਸਰ, ਉਹ ਤੇ ਹੈ। ਤੁਸੀਂ ਦਵਾਈ ਲੈ ਲਿਓ। ਹਾਂ, ਮੈਂ ਪਹਿਲਾਂ ਕੁਝ ਖਾ ਲੂੰਗਾ ਫਿਰ ਲਊਂਗਾ। ਸਰ ਪੱਕਾ ਕਿਸੇ ਦਾ ਫੋਨ ਨਹੀਂ ਆਇਆ ਨਾ? ਤੂੰ ਟੈਨਸ਼ਨ ਕਿਉਂ ਲੈ ਰਹੀ ਹੈ? ਮੈਂ ਤੈਨੂੰ ਕਿਹਾ ਨਾ ਤੂੰ ਕੁਛ ਵੀ ਇਹੋ ਜਿਹਾ ਮਿਸ ਨਹੀਂ ਕੀਤਾ। ਇਟਸ ਓਕੇ, ਵੈਸੇ ਕੱਲ੍ਹ ਨਾ ਕੁਛ ਬਹੁਤ ਵੱਡਾ ਹੋ ਰਿਹਾ, ਕੁਛ ਖਾਸ ਹੋਣ ਜਾ ਰਿਹਾ। ਕੱਲ੍ਹ ਰਣਵੀਰ ਦਾ ਬਰਥਡੇ ਹੈ। ਮੈਂ ਤੈਨੂੰ ਕਿਹਾ ਸੀ ਨਾ ਕਿ ਮੈਂ ਕੁਛ ਭੁੱਲ ਰਿਹਾ, ਉਹ ਬਸ ਇਹੀ ਸੀ। ਕਿੱਥੇ ਜਾ ਰਹੇ ਹੋ ਤੁਸੀਂ? ਮੈਂ ਦੂਜੇ ਰੂਮ ਚ ਚੱਲਾ ਸੀ। ਅੱਛਾ, ਮੇਨੇ ਦੇ ਕਮਰੇ ਚ। ਉਹ ਮੇਰੇ ਕੱਪੜੇ ਹੈ ਨਾ ਉਧਰ। ਹਾਂ ਦੇਖ ਰਹੀ ਹਾਂ ਮੈਂ ਅੱਜ ਕੱਲ ਜ਼ਿਆਦਾ ਹੀ ਤੁਹਾਨੂੰ ਉਹਦੇ ਕਮਰੇ ਚ ਪਈ ਹੈ ਜਾਣ ਦੀ, ਬਹੁਤ ਜਲਦੀ ਹੁੰਦੀ ਹੈ ਨਾ। ਸਿੰਪਲ, ਫੇਰ ਉਹੀ ਗੱਲ। ਖੈਰ ਛੱਡ, ਇਸ ਵਕਤ ਮੈਂ ਤੇਰੇ ਕੋਲ ਹਾਂ, ਸਿਰਫ ਤੇਰੇ ਕੋਲ। ਤੈਨੂੰ ਪਤਾ ਮੇਰੇ ਕੋਲ ਤੇਰੇ ਵਾਸਤੇ ਇੱਕ ਸਰਪ੍ਰਾਈਜ਼ ਆ। ਸਰਪ੍ਰਾਈਜ਼ ਕੀ ਅਰਮਾਨ, ਦਿਖਾਓ।
ਕੀ ਮਤਲਬ ਇਦਾਂ ਦੱਸਦਾ? ਦੱਸੋ ਤਾਂ ਅਸੀਂ ਕਿੱਥੇ, ਦਿਖਾਓ ਨਾ ਕੀ ਲੈ ਕੇ ਆਇਓ। ਠੀਕ ਹੈ, ਆ ਲਓ। ਮੈਂ ਚਾਹੁੰਦਾ ਸੀਗਾ ਕਿ ਇੱਥੇ ਰੱਖ ਕੇ ਚੱਲ ਜਾਂਦਾ, ਤੂੰ ਅੰਦਰ ਆਉਂਦੀ ਆਪਣੇ ਆਪ ਦੇਖ ਲੈਂਦੀ, ਸਰਪ੍ਰਾਈਜ਼ ਹੋ ਜਾਂਦਾ, ਪਰ ਨਹੀਂ ਤੂੰ ਸਿੱਧਾ ਹੀ ਅੰਦਰ ਆ ਗਈ। ਤੇ ਫਿਰ ਮੈਂ ਤੁਹਾਡਾ ਸਰਪ੍ਰਾਈਜ਼ ਖਰਾਬ ਕਰ ਦਿੱਤਾ, ਸੌਰੀ। ਚੱਲ ਕੋਈ ਨਾ, ਖੋਲ ਕੇ ਦੇਖ। ਹਾਂ ਮੈਂ ਖੋਲ ਕੇ ਦੇਖਦੀ ਹਾਂ ਕੀ ਹੈ। ਵਾਓ ਅਰਮਾਨ, ਇਹ ਤਾਂ ਬਹੁਤ ਪਿਆਰੀ ਡਰੈਸ ਹੈ। I mean, it looks so good. ਬਹੁਤ ਸੋਹਣੀ ਹੈ। Thank you so much, Arman. ਇਹ ਮੇਰੇ ਲਈ? Of course, ਤੇਰੇ ਲਈ ਹੈ। So sweet. ਤੂੰ ਪਾ ਕੇ ਦਿਖਾਏਂਗੀ ਮੈਨੂੰ? Of course. Thank you so much. ਪਸੰਦ ਆਇਆ? ਤੁਸੀਂ ਮੇਰੇ ਲਈ ਕੁਛ ਲੈ ਕੇ ਆਓ ਔਰ ਮੈਨੂੰ ਪਸੰਦ ਹੈ, ਇੱਦਾਂ ਹੋ ਸਕਦਾ? ਮੈਂ ਕਿਹਾ ਚਲੋ ਇੱਕ ਵਾਰ ਪੁੱਛ ਲਈਏ, ਕੀ ਪਤਾ ਹੁੰਦਾ ਕੁੜੀਆਂ ਦਾ ਅੱਜ ਕੱਲ੍ਹ। ਮੈਨੂੰ ਕਿਸੇ ਹੋਰ ਦਾ ਤਾਂ ਨਹੀਂ ਪਤਾ, ਪਰ ਤੁਹਾਨੂੰ ਆਈਡੀਆ ਨਹੀਂ ਹੈ ਇਹ ਮੇਰੇ ਲਈ ਕਿੰਨੀ ਪ੍ਰੀਸ਼ੀਅਸ ਹੈ। ਵੈਲ ਆਈ نو, ਮੇਰੀ ਚੋਇਸ ਇੰਨੀ ਮਾੜੀ ਵੀ ਨਹੀਂ ਹੈ। ਬੈਸਟ ਹੈ। ਥੈਂਕ ਗੋਡ, ਮੈਨੂੰ ਪਹਿਲੇ ਤੋਂ ਹੀ ਨਾ ਦੋ ਦੋ ਕੁੜੀਆਂ ਨਾਲ ਰਹਿਣ ਦਾ ਐਕਸਪੀਰੀਅੰਸ ਸੀ। ਹੁਣ ਮੈਨੂੰ ਚੰਗੀ ਤਰ੍ਹਾਂ ਪਤਾ ਕਿ ਦੋਨਾਂ ਨੂੰ ਕਿੱਦਾਂ ਰਜਾਉਣਾ। ਮੈਂ ਸਬਕ ਲਾਸਟ ਟਾਈਮ ਸਿੱਖ ਲਿਆ ਸੀ ਐਂਡ ਆਈ ਐਮ ਸ਼ੋਰ ਹੁਣ ਮੈਂ ਦੋਨਾਂ ਨੂੰ ਬਹੁਤ ਵਧੀਆ ਬੈਲੈਂਸ ਕਰੂੰਗਾ। ਹੁਣ ਮੇਰੇ ਕੋਲ ਕਿਤੇ ਜ਼ਿਆਦਾ ਐਕਸਪੀਰੀਅੰਸ ਹੈ ਇਸ ਵਾਰ, ਮੈਂ ਦੋਨਾਂ ਨੂੰ ਆਪਣੇ ਤਰੀਕੇ ਨਾਲ ਹੈਂਡਲ ਕਰ ਸਕਦਾ। ਦਿਸ ਇਜ਼ ਲਵਲੀ, ਆਈ ਜਸਟ ਲਵਡ ਇਟ। ਹੁਣ ਬਸ ਮੈਨੂੰ ਦੇਖਣਾ ਪੈਣਾ ਇਹਦੇ ਨਾਲ ਮੈਚਿੰਗ ਅਸੈਸਰੀਜ਼ ਕਿਹਦੀ ਚੱਲਣੀ ਹੈ। ਤੈਨੂੰ ਖੁਸ਼ ਦੇਖ ਕੇ ਨਾ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਤੀਸਰੀ ਤੇ ਸਭ ਤੋਂ ਆਖਰੀ ਡਰੈਸ ਇਹਨਾਂ ਸਾਰਿਆਂ ਤੋਂ ਜ਼ਿਆਦਾ ਇੰਪੋਰਟੈਂਟ ਹੈ। ਆਈ ਹੋਪ ਦੇਵਿਕਾ ਨੂੰ ਗਿਫਟ ਮਿਲ ਗਿਆ ਹੋਵੇ। ਦੇਵਿਕਾ ਤੂੰ ਨਾ ਅੱਜ ਜਾ ਕੇ ਆਫਿਸ ਦਾ ਕੰਮ ਕਰ ਲੈ, ਡਿਨਰ ਅੱਜ ਮੈਂ ਬਣਾਉਂਗੀ। ਵੈਸੇ ਵੀ ਮੈਂ ਨਾ ਕੁਝ ਸਪੈਸ਼ਲ ਪਲਾਨ ਕੀਤਾ, ਸੋ ਕਿਚਨ ਦਾ ਸਾਰਾ ਕੰਮ ਮੈਂ ਹੀ ਕਰ ਲੂੰਗੀ, ਤੂੰ ਆਫਿਸ ਦਾ ਕੰਮ ਕਰ ਲੈ, ਇਹ ਸਭ ਤੇ ਹੁੰਦਾ ਹੀ ਰਹੂਗਾ। ਪਰ ਮੈਮ ਮੈਂ ਤੁਹਾਡੀ ਮਦਦ ਤੇ ਕਰ ਸਕਦੀ ਹਾਂ ਨਾ, ਮੇਰਾ ਮਤਲਬ ਇਹ ਕੰਮ ਇੱਕ ਬੰਦੇ ਲਈ ਬਹੁਤ ਸਾਰਾ। ਮੈਂ ਇੱਕ ਕੰਮ ਕਰਦੀ ਹਾਂ, ਤੁਹਾਡੇ ਸਾਰਿਆਂ ਲਈ ਕੁਛ ਬਣਾ ਦਿੰਦੀ ਹਾਂ, ਤੁਸੀਂ ਆਪਣੇ ਕਮਰੇ 'ਚ ਜਾ ਕੇ ਰੈਸਟ ਕਰੋ, ਤੁਸੀਂ ਥੱਕ ਗਏ ਹੋਣੇ ਹੋ, ਸਾਰਾ ਦਿਨ ਇੰਨਾ ਕੰਮ ਕਰਦੇ ਹੋ ਤੁਸੀਂ। ਨਹੀਂ ਦੇਵਿਕਾ, ਰੋਜ਼ ਸਾਰਾ ਕੰਮ ਤੂੰ ਹੀ ਤੇ ਕਰਦੀ ਹਾਂ, ਅੱਜ ਮੈਨੂੰ ਕਰਨ ਦੇ। ਹਾਂ ਜੇ ਤੇਰਾ ਆਫਿਸ ਦਾ ਕੰਮ ਕਰਨ ਦਾ ਮਨ ਨਹੀਂ ਆ ਤੇ ਫਿਰ ਤੂੰ ਜਾ ਕੇ ਰਿਲੈਕਸ ਕਰ ਸਕਦੀ ਹੈ, ਜਾ ਆਰਾਮ ਕਰ। ਪਾਰਸਲ ਆਇਆ ਹੈ। ਸਾਡੇ ਕਿਸੇ ਲਈ ਨਹੀਂ ਆ, ਇਹ ਦੇਵਿਕਾ ਲਈ ਆ। ਮੇਰੇ ਲਈ? ਯੈਸ, ਦੇਖ ਖੋਲ ਕੇ ਕੀ ਆ। ਮੇਰੇ ਲਈ ਗਿਫਟ ਕੌਣ ਭੇਜੇਗਾ? ਹੁਣ ਹੈ ਤੇਰਾ ਕੋਈ ਖੁਫੀਆ ਚਾਹਣ ਵਾਲਾ? ਮੈਨੂੰ ਕਿੱਥੇ ਲੱਭਣਾ ਕੋਈ ਚਾਹਣ ਵਾਲਾ। ਤੇ ਫਿਰ ਇਹ ਕਿਹਦੇ ਲਈ ਭੇਜਿਆ ਆ? ਸਾਨੂੰ ਤੇ ਹਾਲੇ ਤੱਕ ਕਿਸੇ ਨੇ ਕਦੇ ਭੇਜਿਆ ਨਹੀਂ।
ਇਹਦੇ ਚ ਤਾਂ ਨੋਟ ਵੀ ਆ, ਪੜ੍ਹ ਜਰਾ ਉੱਚੀ। ਮਾਸੀ ਜੀ, ਸਾਡੇ ਲਈ ਜ਼ਰੂਰੀ ਨਹੀਂ ਇਹ ਜਾਣਨਾ ਕਿ ਇਹਦੇ ਚ ਕੀ ਲਿਖਿਆ ਹੈ, ਨਾਲੇ ਕੀ ਪਤਾ ਦੇਵਿਕਾ ਸਾਨੂੰ ਦੱਸਣਾ ਚਾਹੁੰਦੀ ਹੈ ਜਾਂ ਨਹੀਂ। ਐਡੀ ਕਿਹੜੀ ਗੱਲ ਆ, ਉਹ ਐਡਾ ਵੱਡਾ ਪਾਰਸਲ ਆ ਤੇ ਨੋਟ ਪੜਨ ਚ ਕੀ ਪ੍ਰੋਬਲਮ ਆ? ਮਾਸੀ ਜੀ ਤੁਸੀਂ ਚਲੋ ਮੇਰੇ ਨਾਲ। ਓਹੋ, ਉਹ ਮੈਨੂੰ ਗੱਲ ਤਾਂ ਕਰ ਲੈਂਦੇ ਕੁੜੀ ਦੇ ਨਾਲ। ਕਰਾਂਗੇ ਗੱਲ ਆਪਾਂ ਬਾਅਦ ਚ, ਗੱਲ ਕਰਾਂਗੇ ਇਹਦੇ ਨਾਲ। ਦੇਵਿਕਾ, ਤੈਨੂੰ ਅਸੀਂ ਕੁਝ ਸਮੇਂ ਲਈ ਇਕੱਲਾ ਛੱਡ ਰਹੇ ਹਾਂ, ਤੂੰ ਆਪਣੇ ਆਪ ਨਾਲ ਥੋੜਾ ਸਮਾਂ ਬਿਤਾ। ਐਡੀ ਵੀ ਕਿਹੜੀ ਪ੍ਰਾਈਵੇਸੀ ਆ, ਇੱਕ ਤੇ ਨਾ ਆ ਨਵੀਂ ਜਨਰੇਸ਼ਨ ਦੀ ਮੈਨੂੰ ਸਮਝ ਨਹੀਂ ਆਉਂਦੀ। ਮਾਸੀ ਜੀ ਤੁਸੀਂ ਚਲੋ, ਮੈਂ ਤੁਹਾਨੂੰ ਵੀ ਗਿਫਟ ਲੈ ਕੇ ਦਿੰਦੀ ਹਾਂ, ਚਲੋ ਚਲੋ। ਵੈਸੇ ਤੂੰ ਬਹੁਤ ਸੋਹਣੀ ਹੈ, ਪਰ ਤੂੰ ਇਹਦੇ ਵਿੱਚ ਹੋਰ ਵੀ ਪਿਆਰੀ ਲੱਗੇਗੀ। ਮੈਂ ਤੈਨੂੰ ਆਪਣੇ ਜਨਮ ਦਿਨ ਤੇ ਇਸੇ ਲਿਬਾਸ ਵਿੱਚ ਵੇਖਣਾ ਚਾਹੁੰਦਾ। ਮੇਰੀ ਇਹ ਛੋਟੀ ਜਿਹੀ ਵਿਸ਼ ਪੂਰੀ ਕਰੇਗੀ ਨਾ?